ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਆ ਕਿ ਸਾਰੇ ਵਧੀਆ ਹੋਗੇ ਦੋਸਤੋ ਗੱਲ ਕਰੀਏ ਯੂਕੇ ਦੇ ਵੀਜ਼ੇ ਬਾਰੇ ਜਿਹੜਾ ਕਿ ਆ ਯੂਥ ਮੋਬਿਲਿਟੀ ਵੀਜ਼ਾ ਜਿਹਨੂੰ ਕਿ ਲਾਟਰੀ ਵੀਜ਼ਾ ਵੀ ਕਹਿੰਦੇ ਆ ਉਹ ਪਿਛਲੇ ਦਿਨੀ ਓਪਨ ਹੋਇਆ ਸੀਗਾ ਜੁਲਾਈ ਦੇ ਵਿੱਚ ਤੇ ਬਹੁਤੇ ਵੀਰਾਂ ਭਰਾਵਾਂ ਨੇ ਅਪਲਾਈ ਕੀਤਾ ਤੇ ਇਹਦੇ ਜਿਹਦੀ ਮੇਨ ਰੀਜ਼ਨ ਕਰਕੇ ਇਹ ਵੀਡੀਓ ਬਣਾਈ ਗਈ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਲੱਗਿਆ ਤੇ ਮੈਨੂੰ ਬੜਾ ਅਫਸੋਸ ਹੋ ਰਿਹਾ ਕਿ ਆਪਣੇ ਵਾਲੇ ਬੰਦਿਆਂ ਨੇ ਇਹ ਕੰਮ ਕੀਤਾ ਆਪਣੇ ਵਾਲਿਆਂ ਨੇ ਕਿ ਬਹੁਤ ਜਾਣੇ ਬੰਦਿਆਂ ਨੇ ਇਹ ਕੰਮ ਕੀਤਾ ਠੀਕ ਹੈ ਸੋ ਕੀ ਕੰਮ ਕੀਤਾ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਇਹ ਜਿਹੜਾ ਵੀਜ਼ਾ ਸੀਗਾ ਦੋਸਤੋ ਇਹਦੇ ਵਿੱਚ ਦੱਸਿਆ ਗਿਆ ਸੀਗਾ ਕਿ 18 ਤੋਂ ਲੈ ਕੇ ਤੁਸੀਂ 30 ਸਾਲ ਵਾਲੇ ਅਪਲਾਈ ਕਰ ਸਕਦੇ ਹੋ ਠੀਕ ਹੈ 18 ਤੋਂ 30 ਸਾਲ ਤੱਕ ਉਮਰ ਅਪਲਾਈ ਜਿਹੜੀ ਅਪਲਾਈ ਕਰਨੀ ਉਮਰ ਉਹ ਹੋਣੀ ਚਾਹੀਦੀ ਆ ਤੇ ਦੂਜੀ ਗੱਲ ਇਹਦੇ ਵਿੱਚ ਸੀਗਾ ਕਿ ਗ੍ਰੈਜੂਏਸ਼ਨ ਤੁਹਾਡੀ ਕਿਸੇ ਵੀ ਅ ਜਿਹੜੇ ਫੀਲਡ ਚ ਹੋਵੇ ਉਹ ਮੈਟਰ ਨਹੀਂ ਕਰਦੀ ਸੀ ਬਟ ਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਜਿਹੜੀ ਹੋਣੀ ਹੈ ਉਹ ਕੰਪਲਸਰੀ ਸੀਗੀ ਠੀਕ ਹੈ ਤੇ ਕੋਈ ਡਿਪਲੋਮੇ ਵਾਲਾ ਇਹ ਕੋਈ ਹੋਰ 1 ਸਾਲ ਦੇ ਕੋਰਸ ਵਾਲਾ ਨੂੰ ਅਪਲਾਈ ਨਹੀਂ ਕਰ ਸਕਦਾ ਸੀਗਾ ਇਹ ਸਾਫ਼-ਸਾਫ਼ ਲਿਖਿਆ ਹੋਇਆ ਸੀਗਾ ਤੇ ਆਪਣੇ ਵਾਲਿਆਂ ਨੇ ਕੀਤਾ ਕੀ ਭਾਈ ਨਾ ਤਾਂ ਉਹਨਾਂ ਦੀ ਉਮਰ ਆਉਂਦੀ ਸੀਗੀ ਜ਼ਿਆਦਾਤਰ ਲੋਕਾਂ ਦੀ ਜਿਨ੍ਹਾਂ ਨੇ ਅਪਲਾਈ ਕੀਤਾ ਤੇ ਨਾ ਹੀ ਉਹਨਾਂ ਕੋਲ ਕੋਈ ਡਿਗਰੀ ਸੀਗੀ ਕੋਈ ਡਿਪਲੋਮੇ ਵਾਲੇ ਸੀਗੇ ਕਈ ਕਈਆਂ ਕਈਆਂ ਦੀ ਉਮਰ ਟੱਪ ਚੁੱਕੀ ਸੀਗੀ ਉਹਨਾਂ ਨੇ ਅਪਲਾਈ ਕਰਤਾ ਤੇ ਉਹਨਾਂ ਦਾ ਬੈਲਟ ਦੇ ਵਿੱਚ ਹੁਣ ਨਾਮ ਆ ਗਿਆ ਨਾ ਤਾਂ ਹੁਣ ਉਹ ਉਧਰ ਦੇ ਨਾ ਉਧਰ ਦੇ ਠੀਕਾ ਨਾ ਤਾਂ ਹੁਣ ਉਹ ਅਪਲਾਈ ਕਰ ਸਕਦੇ ਨੇ ਅੱਗੇ ਦਾ ਪ੍ਰੋਸੈਸ ਸ਼ੁਰੂ ਕਰ ਸਕਦੇ ਨੇ ਕਿਉਂਕਿ ਯੂਕੇ ਆ ਜਿਹੜਾ ਯੂਕੇ ਦੀ ਸਰਕਾਰ ਬਹੁਤ ਸਖਤ ਹੈ ਚੀਜ਼ਾਂ ਨੂੰ ਲੈ ਕੇ ਪ੍ਰੋਪਰ ਡਾਕੂਮੈਂਟੇਸ਼ਨ ਹੁੰਦੀ ਆ ਠੀਕ ਹੈ ਠੀਕ ਹੈ ਉਹਨਾਂ ਦਾ ਹੁਣ ਅਨ ਅਨਸਕਸੈਸਫੁਲ ਹੋ ਜਾਣਾ ਅਗਲੇ ਪੜਾਅ ਦੇ ਵਿੱਚ ਤੇ ਦੂਜੇ ਵਿਚਾਰੇ ਜਿੰਨਾਂ ਕੋਲ ਸਾਰਾ ਕੁਝ ਹੈਗਾ ਸੀਗਾ ਉਹਨਾਂ ਦੀ ਇੱਕ ਸੀਟ ਮਰ ਗਈ ਨਾ ਉਹਨਾਂ ਕਰਕੇ ਨਾ ਸੋ ਦੋਸਤੋ ਇਹ ਹੀ ਚੀਜ਼ਾਂ ਇਨਸਟਰਕਸ਼ਨ ਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਦੱਸੀਆਂ ਹੁੰਦੀਆਂ ਨੇ ਕਿ ਭਾਈ ਕੌਣ ਕੌਣ ਨੂੰ ਅਪਲਾਈ ਕਰ ਸਕਦਾ ਕੌਣ ਕੌਣ ਨੂੰ ਅਪਲਾਈ ਨਹੀਂ ਕਰ ਸਕਦਾ ਸੋ ਭਾਈ ਤੁਸੀਂ ਉਦੋਂ ਤੁਸੀਂ ਕਿੱਥੇ ਹੁੰਨੇ ਹੋ ਠੀਕ ਆ ਸੋ ਮੈਨੂੰ ਬਹੁਤ ਵੀਰ ਭਰਾਵਾਂ ਨੇ ਐਸੇ ਮੈਸੇਜ ਆਏ ਨੇ ਜਿਹੜੇ ਕਹਿ ਰਹੇ ਨੇ ਕਿ ਸਰ ਮੇਰੀ ਉਮਰ ਜਿਹੜੀ ਉਹ 30 ਸਾਲ ਤੋਂ 2 ਜਰ ਮਹੀਨੇ ਟੱਪ ਗਈ ਤੇ ਮੇਰਾ ਹੁਣ ਵੈਲਿਡ ਚ ਨਾਮ ਆ ਗਿਆ ਮੈਂ ਅਪਲਾਈ ਕਰ ਸਕਦਾ ਕਈਆਂ ਨੇ ਮੈਸੇਜ ਆਏ ਕਹਿੰਦੇ ਵੀ ਸਾਡੇ ਕੋਲ ਭਾਈ ਕੋਈ ਡਿਪਲੋਮਾ ਹੈ ਸਰਟੀਫਿਕੇਟ ਹੈ ਡਿਗਰੀ ਨਹੀਂ ਹੈਗੀ ਕਿ ਹੁਣ ਮੈਂ ਅੱਗੇ ਅਪਲਾਈ ਕਰ ਸਕਦਾ ਸੀਰੀਅਸਲੀ ਯਾਰ ਮੇਰਾ ਮਨ ਬੜਾ ਦੁਖੀ ਹੋਇਆ ਕਿ ਥੋੜੇ ਕਰਕੇ ਯਾਰ ਜਿੰਨਾ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਸੀ ਉਹਨਾਂ ਦੀ ਇੱਕ ਸੀਟ ਖਰਾਬ ਹੋ ਗਈ ਯਾਰ ਹਾਂ ਦਾ ਪੋਵੇ ਕ ਖਰਾਬ ਹੋ ਗਿਆ ਕਿਸੇ ਦੀ ਜ਼ਿੰਦਗੀ ਖਰਾਬ ਕਰਨੀ ਬਹੁਤ ਗਲਤ ਗੱਲ ਆ ਸੋ ਇਸੇ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਅੱਜ ਤੇ ਮਨ ਬੜਾ ਉਦਾਸ ਹੈ ਕਿ ਯਾਰ ਐਦਾਂ ਨਾ ਕਰਿਆ ਕਰੋ ਪਲੀਜ਼ ਠੀਕ ਆ ਪ੍ਰੋਪਰ ਡਾਕੂਮੈਂਟੇਸ਼ਨ ਜੇ ਤੁਹਾਡੇ ਕੋਲ ਹੁੰਦਾ ਤਾਂ ਅਪਲਾਈ ਕਰ ਸਕਦੇ 6 ਮਹੀਨੇ ਬਾਅਦ ਦੁਬਾਰੇ ਆ ਜੂਗਾ ਹਨਾ 6 ਮਹੀਨੇ ਬਾਅਦ ਇਹ ਵੀਜ਼ਾ ਜਿਹੜਾ ਆਉਂਦਾ ਸੋ ਐਦਾਂ ਨਾ ਕਰਿਆ ਕਰੋ ਤੇ ਬਾਕੀ ਕਮੈਂਟ ਸੈਕਸ਼ਨ ਵਿੱਚ ਆਪਣੇ ਤੁਸੀਂ ਸੁਝਾਅ ਜ਼ਰੂਰ ਦਿਓ ਇਸ ਬਾਰੇ ਠੀਕ ਹੈ ਸੋ ਅਗਲੀ ਵੀਡੀਓ ਵਿੱਚ ਮਿਲਾਂਗੇ ਥੈਂਕ ਯੂ ਬਈ ਸਾਰਾ